ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਕਬ ਗੱਲ ਲਾਵੀਂਗੇ ਪ੍ਰਭ ਮੋਹੇ ਕਬ ਗੱਲ ਲਾਵੀਂਗੇ ਕਬ ਗੱਲ ਲਾਵੀਂਗੇ ਪ੍ਰਭ ਮੋਹੇ ਕਬ ਗੱਲ ਲਾਵੇਂਗੇ ਹਉ ਤੁਮਰੀ ਕਰੂ ਨਿਤ ਆਸ ਪ੍ਰਭ ਮੋਹਿ ਕਬ ਗੱਲ ਲਾਵੇਂਗੇ ਕਬ ਗੱਲ ਲਾਵੇਂਗੇ ਪ੍ਰਭ ਮੋਹਿ ਕਬ ਗੱਲ ਲਾਵੇਂਗੇ ਕਬ ਗਲ ਲਾਗੇਗੇ ਹਉ ਤੁਮਰੀ ਕਰੂ ਪ੍ਰਭ ਕੀਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਗੇ ਹਰ ਗੁਣ ਗਾਵੇਗੇ ਵਾਹਿਗੁਰੂ ਵਾਹਿਗੁਰੂ ਵਾਹਿ जो बन जान दे ना डरा जे सह प्रीत न जाए ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਈ ਜੋਬਨ ਜਾਂਦੇ ਨਾ ਡਰਾ ਜੇ ਸੈ ਪ੍ਰੀਤ ਨ ਜਾਏ ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਈ ਇਹ ਪਵਿੱਤਰ ਸ਼ਲੋਕ ਬਾਬਾ ਫਰੀਦ ਜੀ ਦੀ ਬਾਣੀ ਸ਼ਲੋਕ ਨੰਬਰ 38 ਜੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1379 ਉੱਪਰ ਸੁਭਾਈ ਹੋਇਆ ਇਹਦੇ ਵਿੱਚ ਸਤਿਗੁਰੂ ਜੀ ਸੱਚੀ ਪ੍ਰੀਤ ਦੀ ਗੱਲ ਕਰਦੇ ਬਾਬਾ ਫਰੀਦ ਜੀ ਕਹਿੰਦੇ ਜੇ ਮੇਰੀ ਇਹ ਜਵਾਨੀ اے ਫਰੀਦਾ ਤੇਰੀ ਇਹ ਜਵਾਨੀ ਨਸ਼ਟ ਹੁੰਦੀ ਹੈ ਖਰਾਬ ਹੁੰਦੀ ਹੈ ਤਬਾਹ ਹੁੰਦੀ ਹੈ ਜੋ ਮਰਜੀ ਹੋ ਜੇ ਇਹ ਜਵਾਨੀ ਚਲੀ ਜਾਂਦੀ ਹੈ ਮੈਨੂੰ ਕੋਈ ਪਰਵਾਹ ਨਹੀਂ ਪਰਵਾਹ ਫਰੀਦਾ ਇੱਕੋ ਹੀ ਹੈ ਕਿ ਮੇਰੀ ਉਸ ਖੁਦਾ ਅੱਲਾ ਪਰਮਾਤਮਾ ਰੱਬ ਦੇ ਨਾਲ ਪ੍ਰੀਤ ਨਾ ਟੁੱਟੇ ਮੂਹ ਲਾਲਨ ਸਿਉ ਪ੍ਰੀਤ ਬਣੀ ਤੋਰੀ ਨਾ ਟੁੱਟੇ ਛੋਰੀ ਨਾ ਛੂਟੇ ਐਸੀ ਮਾਦੋ ਖੀਚ ਤਨੀ ਐਸੀ ਇਹ ਰੱਸੀ ਖਿੱਚ ਪਿਆਰ ਦੀ ਇਹ ਮੇਰੀ ਪ੍ਰੀਤ ਨਾ ਟੁੱਟੇ ਜਵਾਨੀ ਦੀ ਮੈਨੂੰ ਪਰਵਾਹ ਨਹੀਂ ਸਤਿਗੁਰੂ ਜੀ ਇਹ ਤੇਰੀ ਜਵਾਨੀ ਦਿੱਤੀ ਹੈ ਤੇ ਤੂੰ ਵਾਪਸ ਲੈ ਲੇਂਗਾ ਤੇ ਕੀ ਫਰਕ ਪੈਂਦਾ ਹੈ ਜੋ ਬਨ ਜਾਂਦੇ ਨਾ ਡਰ ਫਿਰ ਮੈਨੂੰ ਡਰ ਕਾਦਾ ਹੈ ਕਿਉਂਕਿ ਇਹ ਤੇ ਤੇਰੀ ਵਸਤੂ ਹੈ ਨਾ ਤੂੰ ਦੇ ਦਿੱਤੀ ਬਚਪਨ ਦਿੱਤਾ ਜਵਾਨੀ ਦਿੱਤੀ ਹੈ ਕੱਲ ਨੂੰ ਪਟੇਪਾ ਦੇਵਾਂਗਾ ਤੇਰੀ ਵਾਸਤਾ ਹੈ ਤੂੰ ਲੈ ਲੈ ਜਿਤੋਂ ਚਾਹੀਦੀ ਹੈ ਪਰ ਜੇ ਸ ਪ੍ਰੀਤ ਨਾ ਜਾਏ ਪਰ ਆਪਣਾ ਤੇ ਮੇਰਾ ਪਿਆਰ ਨਾ ਤੋੜੀਂ ਨਾ ਤੋੜੀਂ ਕਿਉਂਕਿ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੂ ਕਾਹੇ ਕੁਮਾਰੇ ਦੇਖੀ ਭੁੱਲ ਕੇ ਵੀ ਮੇਰੇ ਵੱਲ ਪਿੱਠ ਨਾ ਕਰੀਂ ਮੈਂ ਇਸ ਜਵਾਨੀ ਤੋਂ ਕੁਛ ਨਹੀਂ ਲੈਣਾ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਜੇ ਮੇਰੇ ਵੱਲ ਪਿੱਠ ਕਰਨੀ ਹੋ ਤੇ ਇਹਦੇ ਰੋ ਚੰਗਾ ਆ ਜਿਹੜੀ ਜਵਾਨੀ ਦਿੱਤੀ ਐ ਮੇਰਾ ਸਿਰ ਆਰੇ ਦੇ ਨਾਲ ਵੱਟ ਦੇ ਵੱਟ ਦੇ ਕੀ ਭਰ ਕੇ ਪੈਂਦਾ ਮੈਂ ਇਹ ਜਵਾਨੀ ਨਹੀਂ ਲੈਣੀ ਜਿਹੜੀ ਤੇਰੇ ਚਰਨਾਂ ਤੋਂ ਦੂਰ ਕਰ ਦਵੇ ਕਿਉਂਕਿ ਮੈਨੂੰ ਪਤਾ ਹੈ ਜੋ ਤਨ ਚੀਰੇ ਤੂੰ ਮੁੱਖ ਨਾ ਮੋੜ ਪਿੰਡ ਪਰੇ ਤੋ ਪਰ ਮੇਰੇ ਬੇਸ਼ੱਕ ਸਰੀਰ ਦੇ ਟੋਟੇ ਟੋਟੇ ਕਰ ਦੇ ਤਨ ਮਨ ਕਾਟ ਕਾਟ ਸਭ ਅਰਪੀ ਤੇ ਉਹਨੇ ਟੋਟੇ ਕਰੇਗਾ ਮੈਂ ਤੇ ਰਹੀ ਦੀ ਚੜਾ ਦੇਨੇ ਆ ਭੇਟਾ ਦੇ ਰੂਪ ਵਿੱਚ ਮੈਨੂੰ ਅੱਗ ਦੇ ਜਲਾ ਦੇ ਵਿੱਚ ਅਗਨੀ ਆਪ ਜਲਾਈ ਉਹ ਵੀ ਤੇਰਾ ਕੀ ਕਰ ਦੇਣੀ ਅੱਗ ਵੀ ਤੇਰੀ ਹੈ ਇਹ ਜਵਾਨੀ ਵੀ ਤੇਰੀ ਹੈ ਤੇ ਫਿਰ ਮੇਰਾ ਤੇ ਕੁਝ ਵੀ ਨਹੀਂ ਨਾ ਮੇਰਾ ਮੁਝ ਮੇ ਕਿਛ ਨਹੀਂ ਜੋ ਕੁਝ ਹੈ ਸੋ ਤੇਰਾ ਤੇ ਜੇ ਮੈਂ ਆਖਾਂ ਤੇਰੀ ਚੀਜ਼ ਤੈਨੂੰ ਵਾਪਸ ਨਾ ਮੋੜਾਂ ਤੇ ਮੇਰੇ ਤੋਂ ਵੱਡਾ ਮੂਰਖ ਪਿਤਾ ਜੀ ਹੋਰ ਕੌਣ ਹੋ ਸਕਦਾ ਹੈ ਮੇਰਾ ਤੇ ਹੈ ਹੀ ਕੁਝ ਨਹੀਂ ਮਤੀ ਦਾਸ ਜੀ ਬਡੇ ਲੋਲਜੀ ਦਿੱਤੇ ਗਏ। ਕਿਹਾ ਤੁਸੀਂ ਜਵਾਨੀ ਦੇ ਰੰਗ ਮਾਣੋ ਹੂਰਾ ਨਾਲ ਵਿਆਹ ਕਰ ਦਾਂਗੇ, ਜ਼ਗੀਰਾਂ ਦੇ ਦੇਵਾਂਗੇ। ਪਰ ਆ ਛੱਡ ਦਿਓ। ਅਧਰਮਲ ਜਾਨ ਦੀ ਗੱਲ ਛੱਡ ਦਿਓ। ਕੋਈ ਜਲਦੇ ਪਰਵਾਨੇ ਨੂੰ ਪੁੱਛ ਬੈਠਾ। ਰਾਇ ਸਹਿਬ ਦਾ ਸਾਤੂਖ ਤਾਬ ਲੈ ਲੈ ਹੋਰ ਰਹਿਣ ਨੂੰ ਬਾਗ ਮਕਾਨ ਸੁਨੇ ਖਾਨ ਪੀਣ ਨੂੰ మాਸ ਸ਼ਰਾਬ ਲੈ ਲੈ ਪਰ ਇਧਰ ਨੂੰ ਜਾਣ ਦੀ ਬਾਨ ਛੱਡ ਦੇ ਇਸ ਪਾਸਿਓਂ ਮੂੰਹ ਤੇ ਨਕਾਬ ਲੈ ਲੈ ਤੁਸੀਂ ਜੋ ਮੰਗਣਾ ਹੈ ਮੰਗ ਲੋ ਪਰਾ ਧਰਮ ਦੀ ਗੱਲ ਛੱਡ ਦਿਓ ਗੁਰੂ ਦੀ ਗੱਲ ਛੱਡ ਦਿਓ ਅਗੋ ਹੱਸ ਕੇ ਕਿਆ ਸਿੱਖੀ ਦੇ ਪਰਵਾ ਨੇ ਉਹ ਦਫਾ ਹੋਣ ਗਦਾਰੀਆਂ ਕਰਨ ਵਾਲੇ ਉਹ ਕੀ ਕਥਾ ਕਥਾ ਬਨੁ ਜਾਣਦੇ ਹਨ ਖਾਤਰ ਗੁਰੂ ਦੀ ਹੋਣ ਜੋ ਮਰਨ ਵਾਲੇ ਉਹ ਤੇਰੇ ਖਤਾਬਾ ਨੂੰ ਕੀ ਕਰਨਾ ਜੇ ਮੇਰਾ ਗੁਰੂ ਹੀ ਮੈਨੂੰ ਕੋ ਚਲਾ ਗਿਆ ਮੈਂ ਸਾਡੀਆਂ ਜੁਗੀਰਾਂ ਨੂੰ ਕੀ ਕਰਨਾ ਫਿਰ ਕਹਿੰਦੇ ਮਰਨ ਵਾਸਤੇ ਤਿਆਰ ਹੋ ਕਹਿੰਦੇ ਮੈਂ ਤਾਂ ਤਿਆਰ ਬੈਠਾ ਹਾਂ ਤੂੰ ਹੀ ਗੱਲਾਂ ਕਰ ਕਰਕੇ ਲੇਟ ਹੋ ਰਿਹਾ ਏ ਮੈਂ ਤਾਂ ਤਿਆਰ ਹੀ ਬੈਠਾ ਹਾਂ ਕੋਈ ਤੇਰੀ ਆਖਰੀ ਖਾਸ਼ ਕਹਿੰਦੇ ਹਾਂ ਇੱਕ ਖਾਸ਼ ਹੈ ਕਿ ਜਿਹੜਾ ਮਰਜੀ ਤਸੀਹੇ ਦੇ ਦੇ ਜਿਵੇਂ ਮਰਜੀ ਮੈਨੂੰ ਮਾਰ ਦੇ ਪਰ ਜਦੋਂ ਤੂੰ ਮੈਨੂੰ ਤਸੀਹੇ ਦੇ ਮੇਰਾ ਮੁਖ ਮੇਰੇ ਗੁਰੂਵਾਲ ਹੋ ਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨ ਜਾ ਮੇਰੇ ਪ੍ਰੀਤ ਨਾ ਟੁੱਟੇ ਮੇਰਾ ਪਿਆਰ ਨਾ ਗੁਰੂ ਨੂੰ ਕੰਡ ਹੋਏ ਬਠਾ ਦਿੱਤਾ ਗੁਰੂਵਾਲ ਮੁਖ ਕਰਕੇ ਆਰਾ ਸਿਰ ਤੇ ਮਾੜੀ ਜੀ ਸੂਈ ਡਾਕਟਰ ਕਿਤੇ ਟੀਕੇ ਦੀ ਲੋਂਗਾ ਹੈ ਕਿੰਨਾ ਦੁੱਖ ਹੁੰਦਾ ਹੈ ਮਹਿਸੂਸ ਕਰੋ ਉਹ ਆਰਾ ਜਿਹਦੇ ਕਿੰਨੇ ਦੰਦੇ ਹੋਣਗੇ ਔਰ ਉਹ ਸਾਰੇ ਦੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜੇ ਚੱਲਣੇ ਹਨ ਦਰਦ ਮਹਿਸੂਸ ਕਰੀਏ ਆਪਣੇ ਉੱਪਰ ਕਿ ਇੱਕ ਟੀਕੇ ਦੀ ਸੂਈ ਦਾ ਦਰਦ ਮਹਿਸੂਸ ਇੰਨਾ ਹੁੰਦਾ ਬਰਦਾਸ਼ਤ ਨਹੀਂ ਤੇ ਉਹ ਮਹਿਸੂਸ ਕਰੋ ਭਾਈ ਮਤੀ ਦਾਸ ਜੀ ਆਰਾ ਸ਼ੁਰੂ ਹੋ ਗਿਆ ਜਬਜੀ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਗਿਆ ਉਧਰ ਆਰਾ ਚੱਲ ਰਿਹਾ ਹੈ ਉਧਰ ਜਬਜੀ ਸਾਹਿਬ ਜੀ ਦਾ ਪਾਠ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਹੀ ਅਗੇ ਸੋਚੇ ਸੋਚ ਉਧਰ ਆਰਾ ਚਲ ਰਿਹਾ ਹੈ ਕੋਹਨ ਦਾ ਇੱਕ ਇੱਕ ਕਤਰਾ ਸਿਰ ਤੋਂ ਲੈ ਕੇ ਸਾਰੇ ਸਰੀਰ ਚੋਂ ਨਿਕਲ ਰਿਹਾ ਹੈ ਤੇ ਜਦੋਂ ਆਰੇ ਨੇ ਸਰੀਰ ਦੇ ਦੋ ਟੋਟੇ ਕਰ ਦਿੱਤੇ ਗੁਰਮੁਖ ਪਿਆਰਿਓ ਇੱਕ ਟੋਟਾ ਇਧਰ ਹੋ ਗਿਆ ਇੱਕ ਟੋਟਾ ਉਧਰ ਹੋ ਗਿਆ ਤੇ ਉਨੀ ਦੇਰ ਵੀ ਭਾਈ ਮਤੀ ਦਾਸ ਜੀ ਅਰਦਾਸ ਕਰਦੇ ਰਹੇ ਸਤਿਗੁਰੂ ਮਹਾਰਾਜ ਜਬਜੀਤ ਸਿੰਘ ਦਾ ਪਾਠ ਸ਼ੁਰੂ ਕੀਤਾ ਹੈ ਸਰੀਰ ਦੇ ਦੋ ਛੱਡ ਕੇ ਹਜ਼ਾਰਾਂ ਟੋਟੇ ਹੋ ਜਾਣ ਪਰ ਕਿਰਪਾ ਕਰੀ ਜਬਜੀਤ ਸਿੰਘ ਦਾ ਟੋਟਾ ਨਾ ਹੋਣ ਦਈ ਬੋਲੋ ਆਏ ਗੁਰੂ ਤਨ ਗੁਰੂ ਤੇਗ ਬਹਾਦਰ ਪਾਸ਼ਾ ਤਨ ਗੁਰੂ ਤੇਗ ਬਾਣੀ ਦਾ ਟੋਟਾ ਨਾ ਹੋਏ ਤੇ ਜਦੋਂ ਦੋ ਟੋਟੇ ਹੋ ਗਏ ਇਧਰੋਂ ਵੀ ਆਵਾਜ਼ ਆ ਰਹੀ ਇਦਰੋਂ ਵੀ ਆਵਾਜ਼ ਆ ਰਹੀ ਤੇ ਕੀ ਆਵਾਜ਼ ਆਈ ਜਿਨ੍ਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜੋ ਹੀ ਕੀਤਾ ਤੇ ਇੱਕ ਟੋਟੇ ਚ ਆਵਾਜ਼ ਆਈ ਵਾਹਿਗੁਰੂ ਜੀ ਕਾ ਖਾਲਸਾ ਤੇ ਦੂਸਰੇ ਟੋਟੇ ਚ ਆਵਾਜ਼ ਆਈ ਵਾਹਿਗੁਰੂ ਜੀ ਕੀ ਫਤਿਹ ਤੇ ਗੁਰੂ ਪਿਆਰਿਓ ਆ ਹੈ ਪਿਆਰ ਗੁਰੂ ਦੇ ਨਾਲ ਕਿ ਸਿਰ ਤੇ ਆਰਾ ਚਲਾ ਲਿਆ ਸਰੀਰ ਇੱਕ ਇੱਕ ਬੋਟੀ ਅੰਦਰੋਂ ਆਰੇ ਦੇ ਨਾਲ ਬਾਹਰ ਨਿਕਲ ਆਈ ਖੂਨ ਦਾ ਕਤਰਾ ਕਤਰਾ ਜਿਹੜਾ ਮਹਿਸੂਸ ਤੇ ਕਰੋ ਜਦੋਂ ਸਿਰ ਤੋਂ ਆਰਾ ਚੱਲਿਆ ਹੋਵੇਗਾ ਮੱਥੇ ਤੇ ਆਇਆ ਹੋਵੇਗਾ ਮੂੰਹ ਤੇ ਆਇਆ ਹੋਵੇਗਾ ਚਬਾੜਿਆਂ ਨੂੰ ਪਾੜਿਆ ਹੋਗਾ ਬੋਲੋ ਵਾਹਿਗੁਰੂ 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 ਤਰਨ ਮਤੀ ਦਾ ਜੀ ਤੇ ਚਬਾੜਿਆਂ ਨੂੰ ਪਾੜਦਾ ਪਾੜਦਾ ਢਿੱਡ ਨੂੰ ਪਾੜਦਾ ਪਾੜਦਾ ਲੱਤਾਂ ਨੂੰ ਪਾੜਦਾ ਪਾੜਦਾ ਜਿਦੋਂ ਦੋ ਟੋਟੇ ਹੋਏ ਹੋਣਗੇ ਕੁਸ਼ ਦਰਦ ਮਹਿਸੂਸ ਕਰੀਏ ਪਰ ਉਹਦੇ ਅੰਦਰੋਂ ਕੀ ਆਵਾਜ਼ ਆਵੇ ਜੋ ਬਨ ਜਾਂਦੇ ਨਾ ਡਰਾਂ ਜਿਸੇ ਪ੍ਰੀਤ ਨ ਜਾਏ ਮੇਰੀ ਪ੍ਰੀਤ ਨਹੀਂ ਜਾਣੀ ਚਾਹੀਦੀ ਗੁਰੂ ਦੇ ਨਾਲ ਆਹਾ ਗੁਰੂ ਦੇ ਨਾਲ ਅਸੀਂ ਅਸੀਂ ਤੇ ਗੁਰੂ ਕਿਨੇ ਜਾਵੇ ਟੱਠੇ ਖੂਚ ਜਿਸ ਗੁਰੂ ਨੇ ਸਰਬੰਸ ਵਾਰ ਦਿੱਤਾ ਪਿਤਾ ਵਾਰ ਦਿੱਤਾ 5 ਸਾਲ 7 ਸਾਲ ਦਾ ਬੱਚਾ 13 ਸਾਲ 17 ਸਾਲ ਦੇ ਚਾਰੇ ਪੁੱਤਰ ਕੀ ਇੱਕ ਪੁੱਤਰ ਰੱਖ ਨਹੀਂ ਸੀ ਸਕਦੇ ਰੱਖ ਸਕਦੇ ਸੀ ਕਿਸ ਨੇ ਕਿਹਾ ਸਤਗੁਰੂ ਇੱਕ ਪੁੱਤਰ ਰੱਖ ਲੈਂਦਾ ਕਹਿੰਦੇ ਨਹੀਂ ਫਿਰ ਵੀ ਲੋਕਾਂ ਨੇ ਕਹਿਣਾ ਆ ਦੇਖੋ ਇੱਕ ਪੁੱਤਰ ਬਚਾ ਕੇ ਲੈ ਆ ਆਪਣੀ ਕੁੱਲ ਨੂੰ ਸਾਂਭਣ ਵਾਸਤੇ ਕਹਿੰਦਾ ਨਹੀਂ ਅ ਜਦੋਂ ਮੇਰੇ ਗੁਰਸਿੱਖ ਬੱਚੇ ਗੁਰਸਿੱਖ ਬੱਚੇ ਮਾਪੇ ਦੇ ਨਾਲ ਸੋਨਾ ਬਾਣਾ ਪਾ ਕੇ ਸੋਨਾ ਜੂੜਾ ਕਰਕੇ ਸੋਨਾ ਪਟਕਾ ਬਣ ਕੇ ਗੁਰਦੁਆਰੇ ਆ ਕਰਨਗੇ ਤੇ ਮੈਂ ਸਮਝਾਂਗਾ ਮੇਰਾ अजीत ਸਿੰਘ ਆ ਗਿਆ ਮੇਰਾ ਜੁਝਾਰ ਸਿੰਘ ਆ ਗਿਆ ਮੇਰਾ ਜੋਰਾਵਾਰ ਸਿੰਘ ਆ ਗਿਆ ਮੇਰਾ ਫਤਿਹ ਸਿੰਘ ਆ ਗਿਆ ਤੇ ਜੇ ਕੋਈ ਬੁੱਢੜੀ ਮਾਂ ਉਹਨਾਂ ਬੱਚਿਆਂ ਨੂੰ ਉਂਗਲ ਲਾ ਕੇ ਦਰਬਾਰ ਵਿੱਚ ਲੈ ਕੇ ਆਇਆ ਕਰੇਗੀ ਤੇ ਮੈਂ ਸਮਝਾਂਗਾ ਮੇਰੀ ਮਾਂ ਗੁਜਰੀ ਆਪਣੇ ਪੋਤਿਆਂ ਦੇ ਨਾਲ ਦਰਬਾਰ ਵਿੱਚ ਆ ਗਈ ਤੇ ਅੱਜ ਅਸੀਂ ਕਿੱਥੇ ਖੜੇ ਹਾਂ ਅਸੀਂ ਸਿੱਖੀ ਨੂੰ ਸਿਰਫ ਆਪਣੇ ਜ਼ਬਾਨ ਦੇ ਸਵਾਦਾ ਦੇ ਖਾਤਰ ਲिलाਮ ਕਰਕੇ ਰੱਖ ਦਿੱਤਾ ਸਿੱਖ ਕੌਮ ਦਾ ਸਤਿਆਨਾਸ਼ ਕਰਕੇ ਰੱਖ ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਜੇ ਪ੍ਰੀਤ ਨਾ ਜਾਏਗੀ ਭਾਈ ਸਤੀਦਾਸ ਦੂਸਰੇ ਇਹ ਸਾਰੇ ਭੈਣ ਭਾਈ ਇਕੱਠੇ ਰੂਮ ਗਾਇਆ ਗਿਆ ਕਹਿੰਦੇ ਹੁਣ ਇਹਨੂੰ ਆਰੇ ਨਾਲ ਨਹੀਂ چیرਣਾ ਨਵੀਂ ਮੌਤ ਦਿਓ ਹੁਣ ਇਹ ਤੇ ਹੈ ਨਹੀਂ ਬੀ ਥੋੜਾ ਬਹੁਤਾ ਰੂਮ ਉਹਨਾਂ ਦੇ ਸਰੀਰ ਨੂੰ ਬੰਨ੍ਹ ਦਿੱਤਾ ਹੋਵੇਗਾ ਪੰਡਾਂ ਦੀਆਂ ਪੰਡਾ ਰੂ ਲਿਆ ਕੇ ਉਹਦੇ ਵਿੱਚ ਪਾ ਕੇ ਮਤੀ ਦਾਸ ਨੂੰ ਚੰਗੀ ਤਰ੍ਹਾਂ ਬੰਨ੍ਹ ਲਿਆ ਸਾਭੀ ਓਖਾ ਕਰਤਾ ਆਸੇ-ਪਾਸੇ ਰੂ ਦੀ ਪੰਡ ਰੂਈ ਰੂ ਰੂਈ ਰੂ ਉਹੀ ਸ਼ਰਤ ਗੁਰੂਵਾਲ ਮੂ ਅੱਗ ਲਾ ਦਿੱਤੀ ਉਵੇਂ ਹੀ ਜਪਜੀ ਸਾਹਿਬ ਦਾ ਪਾਠ ਨਿਰੰਤਰ ਤੇ ਜਦੋਂ ਪਾੜ ਦੀ ਸਮਾਪਤੀ ਹੋਈ ਜਦੋਂ ਅੰਦਰੋਂ ਆਵਾਜ਼ ਆਇਆ ਬੋਲੇ ਸੋ ਨਿਹਾਲ ਤੇ ਆਪੇ ਹੀ ਵਜਦੇ ਸ ਸਿਆਕਾਲ ਤੇ ਗੁਰੂ ਦੇ ਚਰਨਾਂ ਵਿੱਚ ਭਾਈ ਮਤੀ ਦਾਸ ਜੀ ਵੀ ਪਹੁੰਚ ਗਏ ਵਾਹਿਗੁਰੂ ਵਾਹਿ ਭਾਈ ਦਿਆਲਾ ਜੀ ਇਨੂੰ ਵੱਖਰੀ ਮੌਤ ਦੇਣੀ ਹੈ ਦੇਖ ਆਵਾਲੀ ਗਈ ਵੱਡੀ ਸਾਰੀ ਪਾਣੀ ਦੀ ਪਾਣੀ ਉਛਾਲੇ ਮਾਰ ਰਿਹਾ ਹੈ ਭਾਈ ਸਾਹਿਬ ਨੂੰ ਕਪੜੇ ਲਾ ਕੇ ਇੱਕ ਕਸ਼ਹਿਰਾ ਹੈ ਟੇੜ ਭਾਈ ਸਾਹਿਬ ਨੂੰ ਦੇਖ ਦੇ ਵਿੱਚ ਸੁੱਟ ਲਗੇ ਜਲਾਦ ਤੇ ਉਹ ਜਲਾਦਾਂ ਨੂੰ ਕਹਿੰਦੇ ਉਹ ਜਲਾਦੋ ਪਰੇ ਹੋ ਜਾਓ ਮੈਂ ਗੁਰਤੇਗ ਬਹਾਦਰ ਪਾਸ਼ਾ ਦਾ ਪੁੱਤਰ ਹਾਂ ਮੈਂ ਗੁਰੂ ਨਾਨਕ ਸਾਹਿਬ ਦੀ ਅੰਸਬੰਸ ਹਾਂ ਛੱਡ ਦਿਓ ਮੇਰੀ ਬਾਹ ਇਹ ਦਿਆਲਾ ਆਪਣੇ ਆਪ ਜਾ ਕੇ ਦੇਗ ਚ ਬੈਠੇਗਾ ਬੋਲੋ ਵਾਹਿਗੁਰੂ 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 ਵਾਹੇ ਗੁਰੂ ਵਾਹੇ ਗੁਰੂ ਆਪ ਚੱਲ ਕੇ ਆਪ ਜਲਾਦ ਹੈਰਾਨ ਕਿ ਆਪ ਜਾ ਕੇ ਕਿਵੇਂ ਅੱਗ ਬਲਦੀ ਉਬਲਦੇ ਪਾਣੀ ਵਿੱਚ ਕਿਵੇਂ ਦੀਗ ਨੂੰ ਤਤੀ ਨੂੰ ਹੱਥ ਪਾਇਆ ਹੋਊਗਾ ਕਿਵੇਂ ਉਹਦੇ ਵਿੱਚ ਬੜੇ ਹੋਣਗੇ ਲੂਹ ਕੰਡੇ ਖੜੇ ਹੋ ਜਾਂਦੇ ਗੁਰੂ ਪਿਆਰਿਓ ਇਹ ਸਾਖੀਆਂ ਸੁਣ ਕੇ ਤੇ ਜਿਨ੍ਹਾਂ ਦੇ ਬੀਤੀ ਹੈ ਕੈਸੇ ਸੇਖੋ ਕੈਸੇ ਮਰਜੀ ਵੜੇ ਹੋਣਗੇ ਜਿਹੜੇ ਕਹਿੰਦੇ ਹੋਣਗੇ ਮੋਹੇ ਮਰਨੇ ਕਾ ਚਾਉ ਹੈ ਮਰੂ ਤੋ ਹਰ ਕੇ ਦਵਾਰ ਉਹਨਾਂ ਦੀ ਕੋਈ ਸ਼ਰਤ ਸੀ ਕਿ ਜਦੋਂ ਸਾਨੂੰ ਸ਼ਹੀਦ ਕਰੋ ਜ਼ਾਲਿਮੋ ਜਿਵੇਂ ਮਰਜੀ ਸ਼ਹੀਦ ਕਰੋ ਪਰ ਸਾਡਾ ਮੁਖ ਗੁਰੂ ਵੱਲ ਕਰਿਓ ਮਰੂ ਤੋ ਹਰ ਕੇ ਦਵਾਰ ਮੇਰਾ ਮੂੰਹ ਖਰੀ ਵੱਲ ਹੋਵੇ ਮੇਰਾ ਮੂੰਹ ਤਾਨ ਗੁਰੂ ਤੇਗ ਬਹਾਦਰ ਪਾਸ਼ ਮਾਤਾ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਦ ਮਜੇ ਤਾਨ ਗੁਰੂ ਤੇਗ ਬਹਾਦਰ ਪਾਸ਼ਾ ਕਹਿਦਨ ਸ਼ਾਬਾਸ਼ ਸ਼ਾਬਾਸ਼ ਮੇਰੇ ਪੁੱਤਰੋ ਸ਼ਾਬਾਸ਼ ਤੁਸੀਂ ਸਿੱਖੀ ਦੀ ਲਾਜ ਰੱਖ ਲਈ ਕਹਿਦਨ ਤੇ ਸਾਡਾ ਇਹ ਜੰਮਨ ਮਰਨ ਪ੍ਰਵਾਨ ਹੋ ਜਾਏਗਾ ਜੋ ਬਨ ਜਾਂਦੇ ਨਾ ਡਰਾ ਜਿ세 ਪ੍ਰੀਤ ਨਾ ਜਾਏ ਫਰਿਦਾ ਕੀਤੀ ਜੋਬਨ ਪ੍ਰੀਤ ਬਿ ਸੁੱਕ ਗਏ ਕਮਲ ਆ ਕਿੰਨੀਆਂ ਜਵਾਨੀਆਂ ਹਨ ਕਿੰਨੇ ਮੇਰੇ ਵਰਗੇ ਕਰਮਕਾਂਢੀ ਪਖੰਢੀ ਹਨ ਜਿਹੜੇ ਨਾਮ ਜਪਣ ਤੋਂ ਡਰਦੇ ਗੁਰਦੁਆਰੇ ਜਾਣ ਤੋਂ ਡਰਦੇ ਉਥੇ ਸੇਵਾ ਕਰਨ ਤੋਂ ਡਰਦੇ ਪਰ ਗੰਧ ਖਾਨ ਤੋਂ ਕਦੇ ਨਹੀਂ ਡਰਦੇ ਜਿਹੜੀਆਂ ਚੀਜ਼ਾਂ ਮੇਰੇ ਗੁਰੂ ਨੇ ਵਰਜਿਤ ਕੀਤੀਆਂ ਉਹ ਪੀਨ ਤੋਂ ਤੇ ਨਹੀਂ ਕਦੀ ਵੀ ਡਰਦੇ ਉਹ ਤੇ ਸ਼ਾਨ ਸਮਝਦੇ ਹਨ ਜੇ ਸਾਡੀ ਸੋਸਾਇਟੀ ਹੈ ਇਹਨਾਂ ਕਦੇ ਚੱਲਦਾ ਹੈ ਉਹ ਸਿੱਖਾ ਤੇਰੀ ਸੋਸਾਇਟੀ ਗੁਰੂ ਤੇਗ ਬਹਾਦਰ ਪਾਸ਼ਾ ਕਲਗੀਧਰ ਪਾਸ਼ਾ ਮੇਰੇ ਗੁਰੂ ਨਾਨਕ ਦੇਵ ਜਿਆਦਾ ਵੱਡੀ ਤੇਰੀ ਤੇਰੀ ਸੋਸਾਇਟੀ ਜਿਆਦਾ ਵੱਡੀ ਨਹੀਂ ਤ੍ਰਿਗਤਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਨਾ ਉਹ ਤੂੰ ਪੁੜੀਆਂ ਬਣਾ ਬਣਾ ਕੇ ਲੋਕਾਂ ਨੂੰ ਦਿੰਦਾ ਆਹ ਮੰਤਰ ਪੜ੍ਹ ਲਓ ਆਹ ਮੰਤਰ ਪੜ੍ਹ ਲਓ ਤੁਹਾਡਾ ਆ ਹੋ ਜਾਏਗਾ ਤੁਹਾਡਾ ਉਹ ਹੋ ਜਾਏਗਾ ਕਿਸੇ ਨੂੰ ਧਾਗਾ ਦੇਣਾ ਹੈ ਕਿਤੇ ਤਵੀਤ ਦੇਣਾ ਹੈ ਤੂੰ ਡੁੱਬ ਕੇ ਸ਼ਰਮ ਦੇ ਨਾਲ ਮਰ ਨਹੀਂ ਜਾਂਦਾ ਇਹੀ ਕਿਸੇ ਨੂੰ ਕਿਹਾ ਹੁੰਦਾ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ ਸਿਕਾ ਚਪਈ ਸਾਹਿਬ ਦਾ ਪਾਠ ਕਰਿਆ ਕਰ ਪੰਜਾਂ ਬਾਣੀਆਂ ਦਾ ਪਾਠ ਕਰੇ ਕਰ ਗੁਰਦੁਆਰੇ ਜਾ ਕੇ ਭਾਂਡੇ ਮਾਂਜਿਆ ਕਰ ਝਾੜੂ ਦੀ ਸੇਵਾ ਕਰਿਆ ਕਰ ਜੋੜਿਆਂ ਦੀ ਸੇਵਾ ਕਰਿਆ ਕਰ ਤੇ ਹੋ ਸਕਦਾ ਗੁਰੂ ਵੀ ਤੇਰੇ ਤੇ ਖੁਸ਼ ਹੋ ਜਾਂਦਾ ਪਰ ਤੇਰਾ ਤੇ ਆਉਣਾ ਹੀ ਤ੍ਰਿਗ ਹੈ ਦੁਨੀਆ ਦੇ ਉੱਤੇ ਜਿਹੜੇ ਮੰਤਰ ਵੇਚਦਾ ਫਿਰਦਾ ਹੈ ਬਣਿਆ ਧਾਰਮਿਕ ਹੈ ਧਰਮੀ ਗੁਰੂ ਪਰ ਤੂੰ ਧਰਮੀ ਨਹੀਂ ਤੂੰ ਇਸ ਧਰਮ ਨੂੰ ਠੰਡਾ ਬਣਾ ਕੇ ਰੱਖ ਲਿਆ ਠੰਡਾ ਬਣਾ ਕੇ ਆਪਣੀ ਰੋਜੀ ਰੋਟੀ ਦਾ ਸਮਾਨ ਬਣਾ ਕੇ ਰੱਖ ਲਿਆ ਤ੍ਰਿਗ ਤਨਾ ਕਾ ਜੀਵਿਆ ਜੇ ਲਿਕ ਲਿਕ ਵਿੱਚੇ ਨਾ ਖੇਤੀ ਜਨ ਕੀ ਉਜੜੇ ਖਲਵਾੜੇ ਕਿਆ ਤਾਉ ਪਿੰਡ ਵਾਲੇ ਜਾਣਦੇ ਜੇ ਦੀ ਖੇਤੀ ਉਜੜ ਜਾਏ ਜੇ ਦੀ ਫਸਲ ਅੱਜ ਕੱਲ ਮੀਂਹ ਪੈਂਦੇ ਗੜੇ ਪੈਂਦੇ ਨਸ਼ਟ ਹੋ ਜਾਏ ਤੇ ਜੇ ਕੱਲ ਨੂੰ ਆਖੇ ਮੈਂ ਖਲਵਾੜਾ ਮੈਂ ਕੁੱਪ ਬਨਣਾ ਉਹਦੇ ਵਿੱਚ ਮੈਂ ਫਸਲ ਨੂੰ ਸੇਫ ਕਰਨਾ ਸਾਡੇ ਅੰਮ੍ਰਿਤਸਰ ਵੱਲ ਕਹਿੰਦੇ ਮੈਂ ਮੁਸਲ ਬਨਣਾ ਇਦਰ ਮਾਲ ਵਿੱਚ ਕਹਿੰਦੇ ਕੁੱਪ ਬਨ ਲਾ। ਭਾਵ ਜਿਹਦੇ ਵਿੱਚ ਫਸਲ ਨੂੰ ਸੁਰੱਖਿਤ ਰੱਖਿਆ ਜਾ ਸਕੇ। ਤੇ ਕਹਿੰਦਾ ਤੇਰੀ ਤੇ ਸਤਿਗੁਰ ਕਹਿੰਦੇ ਖੇਤੀ ਉਜੜ ਗਈ। ਤੇਰੇ ਤੇ 20 ਵੀ ਕਾਂ ਖਾ ਗਏ ਜਿਹੜੀ ਬੀਜੇ ਸੀ ਤੇ ਤੂੰ ਕਹਿੰਦਾ ਮੈਂ ਪੰਡਾ ਬਨ ਲਵਾਂ ਕਿੱਥੋਂ ਬਨੇਗਾ? ਕਿੱਥੋਂ ਬਨੇਗਾ? ਨਹੀਂ ਬਣ ਸਕਦਾ। ਹਾਂ ਬਣ ਸਕਦਾ ਸੀ ਜੇ ਗੁਰੂ ਦੇ ਅੱਗੇ ਗੁਰੂ ਨੂੰ ਕਹਿ ਦਿੰਦਾ ਸਤਗੁਰ ਕਿਰਪਾ ਕਰ ਮੇਰੀ ਪ੍ਰੀਤ ਗੋਬਿੰਦ ਸੇ ਉਹ ਜਿਨ ਕਟੈ ਮੈਂ ਤੋ ਮੋਲ ਮੰਗੀ ਲਈ ਜੀ ਸਟੇ ਸਤਗੁਰ ਮੈਂ ਤੇ ਆਪਣੀ ਜਾਨ ਦੇ ਕੇ ਪ੍ਰਾਣ ਦੇ ਕੇ ਤੇਰੀ ਇੱਕ ਖੁਸ਼ੀ ਇਕ ਭਾਈ ਨੰਦ ਲਾਲ ਨੂੰ ਕਿਹਾ ਸੀ ਕਲਗੀਧਰ ਪਾਸ਼ਾ ਨੇ ਨੰਦ ਲਾਲ ਮੰਗ ਕੀ ਮੰਗਦਾ ਕਹਿੰਦਾ ਤੇਰੀ ਇੱਕ ਨਿਗਾਹ ਦੇ ਬਦਲੇ ਮੈਂ ਜਾਨ ਆਪਣੀ ਦੇਂਦਾ ਤੂੰ ਕਿਉਂ ਨਹੀਂ ਲੈਂਦਾ ਸਤਗੁਰੂ ਕਹਿੰਦੇ ਨਹੀਂ ਮੰਗੀ ਗਈ ਸੀ ਤੂੰ ਇੱਕ ਵਾਰੀ ਮੁਸਕਰਾ ਕੇ ਦੇਖ ਕਲਗੀਧਰ ਪਾਚਾ ਮੈਂ ਆਪਣੀ ਜਾਨ ਦੇ ਦਵਾ ਤੇ ਕਲਗੀ ਕਹਿੰਦਾ ਕਲਗੀਧਰ ਪਾਚਾ ਨੇ ਕਿਹਾ ਸੀ ਨਹੀਂ ਨੰਦ ਲਾਲ ਤੂੰ ਤੇ ਪਿਆਰ ਦੀ ਮੁੱਲ ਪਾ ਦਿੱਤੀ ਕੋਈ ਸ਼ਰਤ ਨਹੀਂ ਹੁੰਦੀ ਪਿਆਰ ਮੇਂ ਮਗਰ ਪਿਆਰ ਸ਼ਰਤੋਂ ਤੇ ਤੂੰ ਨੇ ਨੰਦ ਲਾਲ ਤੂੰ ਤੇ ਸ਼ਰਤਾਂ ਰੱਖ ਲਾ ਪਿਆ ਕਿ ਮੈਂ ਤੇਰੇ ਵੱਲ ਹੱਸ ਕੇ ਦੇਖਾਂ ਤੂੰ ਮੈਨੂੰ ਆਪਣੀ ਜਾਨ ਦੇਵੇ ਇਹਦਾ ਮਤਲਬ ਤੂੰ ਦਾਤਾ ਹੋ ਗਿਆ ਜਾਨ ਦੇਣ ਵਾਲਾ ਤੇ ਮੈਂ ਮੰਗਤਾ ਹੋ ਗਿਆ ਬੋਲੋ ਵਾਹਿਗੁਰੂ ਆਇਆ ਗੁਰੂ ਮੇਰੀ ਪ੍ਰੀਤ ਗੋਬਿੰਦ ਸਿੰਘ ਜੀਨ ਕਟੇ ਮੈਂ ਤੂੰ ਮੋਲ ਮੰਗੀ ਲਈ ਜਿਸ ਮੈਂ ਤੇ ਆਪਣੀ ਜਾਨ ਦੇ ਕੇ ਲਈ ਹੈ ਮੈਂ ਤੇ ਆਰਿਆ ਦੇ ਉੱਤੇ ਚੱਲ ਕੇ ਮਾ ਤੇ ਗਰਮ ਗਰਮ ਰੇਤਾ ਆਪਣੇ ਸਿਰ ਚ ਪਵਾਈ ਮਾ ਤੇ ਬੰਦ ਬੰਦ ਕਟਵਾਖੀ ਇਹ ਪ੍ਰੀਤ ਲਈ ਹੈ ਮੈਂ ਤੋ ਬੋਲ ਮਹਿੰਗੀ ਲਈ ਜਿਨੀ ਮੈਂ ਕੀਮਤ ਦਿੱਤੀ ਹੈ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਪ੍ਰਸਾਦ ਦੁਆਰਾ ਇਹ ਕੀਮਤ ਦੇਣੀ ਬਹੁਤ ਔਖੀ ਹੈ ਸਾਧ ਸੰਗਤ ਬਿਨ ਪਾਉ ਨਹੀਂ ਉਪਜੈ ਪਾਵ ਬਿਨਾ ਭਗਤ ਨਹੀਂ ਹੋਈ ਤੇਰੇ ਹੋਏ ਬਿਨਾ ਸੰਗਤ ਆ ਕੇ ਇਹ ਸਿੱਖਿਆ ਨਹੀਂ ਮਿਲ ਸਕਦੀ ਜਿੰਨਾ ਮਰਜੀ ਯੋਰ ਕਿਉਂਕਿ ਸੰਗਤ ਸਾਡੀ ਮਾਂ ਹੈ ਸੰਗਤ ਸਾਡਾ ਪਿਓ ਹੈ ਜਿਵੇਂ ਮਾਂ ਪਿਓ ਗੁਰਦਵਾਰੇ ਲੈ ਗੁਰਦੁਆਰੇ ਲੈ ਕੇ ਜਾਂਦੇ ਬੱਚਿਆਂ ਨੂੰ ਤੇ ਸਿਰ ਫੜ ਕੇ ਕਹਿੰਦੇ ਪੁੱਤਰ ਇੱਥੇ ਮੱਥਾ ਟੇਕ ਮੱਥਾ ਲਾ ਕੇ ਇਵੇਂ ਸੰਗਤ ਵਿੱਚ ਜਾ ਕੇ ਬੰਦਾ ਜਿਵੇਂ ਜ਼ਮੀਨ ਦੇ ਉੱਤੇ ਮੱਥਾ ਲਾਉਂਦਾ ਹੈ ਤੇ ਗੁਰੂ ਵਾਲਿਓ ਜਿਵੇਂ ਮੋਹਰ ਦੇ ਪੁੱਠੇ ਅੱਖਰ ਸਿੱਧੇ ਹੋ ਜਾਂਦੇ ਕਾਗਜ਼ ਤੇ ਇਵੇਂ ਸਾਡੇ ਮਾੜੇ ਕਰਮ ਜਿਹੜੇ ਹਨ ਗੁਰੂ ਨਾਨਕ ਸਾਹਿਬ ਸਿੱਧੇ ਕਰ ਦਿੰਦਾ ਹੈ ਮਾੜੇ ਕਰਮ ਖਤਮ ਕਰਕੇ ਚੰਗੇ ਕਰਮ ਲਿਖ ਦਿੰਦੇ ਹਨ ਤੇ ਉਹੀ ਫਿਰ ਕੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਫਿਰ ਆ ਲੱਖ ਖੁਸ਼ੀਆਂ ਪਾਸ਼ਾ ਓਵੇਂ ਥੋੜੀ ਹੈ ਭਾਵ ਬਿਨ ਭਗਤ ਨਹੀਂ ਹੋਏ ਤੇਰੀ ਤੇ ਬਿਨਾ ਪ੍ਰਮਾਤਮਾ ਤੇਰੇ ਡਰ ਤੇ ਤੇਰੇ ਭਾਉ ਤੇਰੇ ਨਾਲ ਪਿਆਰ ਤੇਰੇ ਨਾਲ ਸ਼ਰਧਾ ਤੋਂ ਬਿਨਾ ਸੰਗਤ ਵਿੱਚ ਗਏ ਤੋਂ ਬਿਨਾ ਜਿ ਆਖੀਏ ਤੇਰੀ ਪ੍ਰੀਤ ਹੋ ਜਾਏ ਤੇਰੇ ਨਾਲ ਨਹੀਂ ਹੋ ਸਕਦੀ ਕਿਉਂਕਿ ਕਹਿ ਰਵਿਦਾਸ ਇੱਕ ਬਿੰਤੀ ਹਰ ਜਿਉ ਪੈਜ ਰੱਖੋ ਰਾਜਾ ਰਾਮ ਮੋ ਇਕ ਰਵਦਾਸ ਕਹਿੰਦੇ ਮੈਂ ਬੇਨਤੀ ਕਰਦਾ ਹਾਂ ਹਰ ਜੀਓ ਪੈਜ ਰੱਖੋ ਰਾਜਾ RAM ਮੇਰੀ ਮੇਰੀ लाज ਰੱਖ ਲੋ ਮੇਰੀ ਪਤ ਰੱਖ ਲੋ ਕਿਰਪਾ ਕਰੋ ਮੇਰੀ ਜਵਾਨੀ ਜਾਂਦੀ ਚਲੀ ਜਾਵੇ ਜੋ ਬਾਬਾ ਜੀ ਬਾਬਾ ਫਰੀਦ ਜੀ ਕਹਿੰਦੇ ਉਹ ਜਵਾਨੀ ਨਾ ਜਾਵੇ ਉਹ ਨਾ ਜਾਵੇ ਜੋ ਬਨ ਜਾਂਦੇ ਨਾ ਡਰਾਂ ਜਿਸੇ ਪ੍ਰੀਤ ਨ ਜਾਏ ਫਰੀਦਾਕੀ ਤੇ ਜੋ ਬਨ ਪ੍ਰੀਤ ਬਿਨ ਸੁਖ ਗਏ ਕਿੰਨੀਆਂ ਜਵਾਨੀਆਂ ਨਸ਼ਟ ਹੋ ਗਈ ਜਿਹੜਾ ਕੋਈ ਗੁਰੂ ਤੋਂ ਮੁਨਕਰ ਹੋਇਆ ਖਤਮ ਹੋ ਗਿਆ ਜਿਨੇ ਗੁਰੂ ਘਰ ਦੇ ਨਾਲ ਛਲ ਕਪਟ ਕੀਤਾ ਚੰਦੂ ਵਰਗੇ ਸੋਚਾ ਅਨੰਦ ਵਰਗੇ ਵजीर खान ਵਰਗੇ ਸੁਲੀ ਖਾਨ ਵਰਗੇ ਹੋਰ ਵੀ ਬਿਆਨਤ RAM ਰਾਏ ਧੀਰਮਲੀਏ ਭਵੇਂ ਗੁਰੂ ਪੁੱਤਰ ਸਨ ਖਤਮ ਹੋ ਗਏ ਸਾਰੇ ਉਹਨੀਆਂ ਦੇ ਜਵਾਨੀਆਂ ਖਤਮ ਹੋ ਗਈਆਂ ਕਮਲਾ ਗਈਆਂ ਦਿਹਾਉ ਸਾਡੇ ਵੀ ਜਵਾਨੀ ਕਮਲਾ ਨਾ ਜਾਏ ਤੁਸੀਂ ਵੀ ਬੋਲੋ ਮੈਂ ਵੀ ਬੋਲਾਂ ਸਮਾਪਤੀ ਕਰਾਂ ਸੁੱਕ ਗਏ ਕਮਲਾਏ ਸੁੱਕ ਗਏ ਕਮਲਾਏ ਸੁੱਕ ਗਏ ਕਮਲਾਏ ਸੁੱਕ ਗਏ ਕਮਲਾਈ ਫਰੀਦਾ ਕਿੰਝ ਜੋ ਬਨਪ੍ਰੀਤ ਬਿਨ ਕਿੰਝ ਜੋ ਬਨਪ੍ਰੀਤ ਬਿਨ ਸੁੱਕ ਗਏ ਕਮਲਾਈ ਸੁੱਕ ਗਏ ਕਮਲਾਈ ਜੋ ਬਨ ਜਾਂਦੇ ਨਾ ਡਰਾ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਬਣ ਜਾਣ ਦੇ ਨਾ ਡਰਾਂ ਜੇ ਸਹ ਪ੍ਰੀਤ ਨਜਾਈ ਜੇ ਸਹ ਪ੍ਰੀਤ ਨਜਾਈ ਜੇ ਸਹ ਪ੍ਰੀਤ ਨਜਾਈ ਜੇ ਸਹ ਪ੍ਰੀਤ ਨਜਾਈ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਈਆਂ ਜਾਣੇ ਜਾਣੇ ਬੇਨਤ ਭੁੱਲਾਂ ਦੀ ਮਾਫੀ ਸਤਿਗੁਰੂ ਕਿਰਪਾ ਕਰ ਸਤਿਗੁਰ ਨੇ ਹੀ ਸਿਰ ਤੇ ਹੱਥ ਰੱਖ ਕੇ ਇਹ ਅਕਥ ਕਥਾ ਦੀ ਦਾ ਕਥਨ ਕਰਾਇਆ ਹੈ ਸਤਿਗੁਰੂ ਜੀ ਤੁਹਾਡੇ ਤੇ ਸਤਿਗੁਰ ਨੇ ਮਿਹਰਾਂ ਭਰਿਆ ਹੱਥ ਰੱਖ ਕੇ ਸੰਗ ਜੀ ਖਾਲਸਾ ਜੀ ਸਤਿਗੁਰ ਨੇ ਸੁਣਾਇਆ ਹੈ ਜਦੋਂ ਸੁਨਣ ਵਾਲਾ ਸੁਣਾਉਣ ਵਾਲਾ ਇੱਕ ਰਸ ਹੋ ਜਾਂਦਾ ਹੈ ਤੇ ਦੋਨਾਂ ਤੇ ਪਿਤਾ ਜੀ ਦਾ ਹੱਥ ਹੁੰਦਾ ਹੈ ਤੇ ਉਹ ਫਿਰ ਜੀ ਕੋਈ ਬਾਹਰੋਂ ਉਪਲਿਚਕ ਬੋਲਦੇ ਜੀ ਕਿਤੇ ਮਾੜਾ ਮੋਟਾ ਬੋਲਿਆ ਵੀ ਜਾਵੇ ਸਤਿਗੁਰ ਆਪ ਹੀ ਸਤਿਗੁਰ ਟਾਕ ਲੀ ਆ ਮੋਹੇ ਪਾਪੀ ਪਰਦਾ ਉਹ ਆਪਣੇ ਸੇਵਕਾਂ ਦਾ ਪਰਦਾ ਆਪ ਹੀ ਟਾਕ ਦਿੰਦਾ ਹੈ ਕੋਈਆਂ ਭੁੱਲਾਂ ਦੀ ਮਾਫੀ ਗੱਜ-ਵੱਜ ਕੇ ਫਤੇ ਬੁਲਾਈਏ ਵਾਹੀ ਗੁਰੂ ਜੀ ਦਾ ਖਾਲਸਾ ਵਾਈ ਗੁਰਜੀ ਕੀ ਪਤੇ